ਕੀ ਹਾਲ ਨੇ ਸਾਰਿਆਂ ਦੇ। ਅੱਜ ਆਪਣਾ ਬਲੌਗ ਹੈਗਾ ਗਾਣੇ ਦੀ ਵੀਡੀਓ 'ਤੇ, ਕਿਵੇਂ ਕੈਨੇਡਾ ਦੇ ਵਿੱਚ ਗਾਣੇ ਦੀ ਵੀਡੀਓ ਬਣਦੀ ਆ ਅਤੇ ਕਿਵੇਂ ਸ਼ਾਰਟ ਲੈਂਦੇ ਆ। ਅੱਜ ਆਪਾਂ ਪਹੁੰਚਿਆ ਮਿਸ਼ਨ, ਅਤੇ ਇੱਥੇ ਮੁੰਡੇ ਵੀਡੀਓ ਬਣਾਉਣਗੇ, ਗਾਣੇ ਦਾ ਸ਼ੂਟ ਕਰਨਗੇ ਅਤੇ ਸ਼ਾਰਟ ਲੈਣਗੇ, ਅਤੇ ਮੈਂ ਤੁਹਾਨੂੰ ਵਿਖਾਊਂਗਾ ਜਿੰਨਾ ਕੁ ਦਿਖਾ ਸਕਿਆ। ਅਤੇ ਵੀਡੀਓ ਪੂਰੀ ਦੇਖਿਓ, ਚਲੋ ਤੁਹਾਨੂੰ ਦਿਖਾਉਂਦੇ ਹਾਂ ਫਿਰ ਕਿਵੇਂ ਸ਼ੂਟ ਹੁੰਦਾ। ਲਓ ਵੀ ਆਹ ਵੀ ਲੈ ਕੇ ਪਹੁੰਚ ਚੁੱਕਿਆ ਸ਼ੂਟਿੰਗ ਵਾਸਤੇ। ਇਹਨੂੰ ਕੀ ਕਹਿੰਦੇ ਆਪਣਾ, ਚੱਕੋ ਵੀ ਅਗਲਾ ਵੀ ਕੱਟ ਲਿਆ। ਕਰਨਾ ਪੈਂਦਾ ਬਈ ਸ਼ੂਟਿੰਗ ਵਾਸਤੇ, ਇਹ ਕਹਿ ਦਿੰਦੇ ਆ ਨਾ 5-4 ਮਿੰਟਾਂ ਦਾ ਗਾਣਾ ਅਤੇ ਕੱਢਤਾ, ਉਹ ਬਈ ਸੋਹਣਾ ਨਹੀਂ ਲੱਗਿਆ, ਵੀਡੀਓ ਨਹੀਂ ਵਧੀਆ ਸੀ। ਆਹ ਵੇਖ ਲਓ, ਮਿਹਨਤ ਤਾਂ ਬਹੁਤ ਲੱਗਦੀਆਂ, ਐਪਰੀਸ਼ੀਏਟ ਕਰਿਆ ਕਰੋ। ਉਹ ਮੁੰਡੇ ਇੰਟਰਵਿਊ ਇੰਟਰਵਿਊ ਫੋਨ ਵਾਲੇ ਚੋਬਰ ਬਈ, ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਰਿਹਾ, ਕਰੋ ਲੋਕੇਸ਼ਨ ਇਹ ਲੋਕੇਸ਼ਨ ਆ ਬਈ ਮਿਸ਼ਨ ਬ੍ਰਿਟਿਸ਼ ਕੋਲੰਬੀਆ। ਇੱਥੇ ਪੌਦਿਆਂ ਨੂੰ ਪਾਣੀ ਦੇਣ ਆਏ ਸੀ। ਮੋੜ ਸਾਡਾ ਕੰਫਿਊਜ਼ ਹੋਇਆ ਪਿਆ, ਕੀਤਾ ਕੀ ਹੈ, ਇੱਕ ਪੌਦੇ ਹੈ ਜੀ ਵੱਡੇ ਵਾਲੇ ਨਾ। ਲਓ ਵੀ ਹੁਣ ਅਸੀਂ ਤੁਰ ਪਏ ਹਾਂ ਪਹਾੜਾਂ ਦੀ ਸਵਾਰੀ ਕਰਨ, ਚੱਲਿਆ ਬਾਈ ਹੌਲਾ ਹੁਣ ਪਿੱਛੇ ਆਪਣੇ ਸ਼ੂਟਿੰਗ ਵਾਲੇ ਚੋਬਰ ਵਿਦ ਕੀ ਇਹਨੂੰ ਕੀ ਕਹਿੰਦੇ ਆ, ਸਕੂਟਰ ਹੈਗੇ ਕੀ ਆ ਪਤਾ ਨਹੀਂ, 4-wheel ਬਾਈਕ ਆ ਇਹ, ਅਤੇ ਤੁਹਾਨੂੰ ਵਿਖਾਉਣੇ ਆ ਬਾਕੀ ਕੀ ਸਿਸਟਮ ਆ ਕਿੱਦਾਂ। ਆਲਮੋਸਟ ਬਹੁਤ ਵਧੀਆ ਕੰਮ ਆ, ਮੇਰਾ ਵਲੌਗ ਤਾਂ ਡਨ ਹੋ ਚੱਲਿਆ, ਤੁਹਾਨੂੰ ਬਾਕੀ ਜਿਵੇਂ ਜਿਵੇਂ ਸ਼ੂਟ ਚੱਲੂਗਾ ਦਿਖਾਵਾਂਗੇ ਕਿੱਦਾਂ ਦਾ ਸਿਸਟਮ ਹੈ। ਉਹ ਬਾਈ ਵੇਟ ਕਰੀ ਜਾਂਦੇ ਮੁੰਡਿਆਂ ਦੀ ਕਦੋਂ ਆਉਣ, ਐਂ ਭਾਗਦੇ ਆ ਉਹ। ਖਾ ਗਿਆ ਨਾ ਧੂੜ, ਬਾਈਆਂ ਨੇ ਗੱਡੀ ਚਲਾ ਲਈ ਆ ਬਈ, ਇਹ ਕਹਿੰਦੇ ਗਾਂਹ ਜਾਣਾ ਗਾ ਉਧਰ ਸਾਡਾ ਬੰਦਾ ਵੀ। ਲਓ ਇਹ ਕਹਿੰਦੇ ਨਾ ਵੀ ਆਪਾਂ ਅਗਲੀ ਲੋਕੇਸ਼ਨ ਵੀ ਦੇਖ ਕੇ ਆਉਣੀ ਆ, ਉਹ ਲਈ ਜਾਂਦੇ ਦੂਮ ਦੂਮ ਗਿਆਨੀ ਹੋਣੀ ਵੈਂਟੇਜ ਕਾਰ ਮੋਸੜੀ, ਇੱਧਰ ਮਾਡਲ ਨੇ ਤਰਾਹ ਨਿਕਲੇ ਪਏ ਆ, ਮਿੱਟੀ ਨਾਲ ਭਰ ਗਿਆ, ਮਾਡਲ ਮਿੱਟੀ ਨਾਲ ਭਰ ਗਿਆ, ਕਹਿੰਦਾ ਕਹਿੰਦਾ ਕੱਥੇ ਵਸਾ ਦੇ ਲਿਆ ਗਏ। ਵੇਖ ਲਓ ਬਈ ਕਿੰਨਾ ਕਿੰਨਾ ਕੁਛ ਕਰਨਾ ਪੈਂਦਾ ਨਾ, ਹਨਾ ਸਾਹਿਬ। ਲੈ ਬਈ ਸ਼ੂਟ ਵਾਸਤੇ ਗੱਡੀ ਲਿਆਂਦੀ ਆ ਪੰਜ ਜਣੇ, ਆਹ ਮਰਸਡੀ 300 SEL, ਤੇ ਗੱਡੀ ਮਿਲਣ ਦਾ ਕਾਫੀ ਪੁਰਾਣਾ ਮਾਡਲ ਆ, ਸਹਿਜ ਇਹਦੇ ਬਾਰੇ ਵਿਚਾਰ ਦੇਣਾ ਚਾਹੁੰਦਾ ਆਪਦੇ, ਵਿਚਾਰ ਕੀ ਦੇਣਾ ਚਾਹੁੰਦਾ, ਜਿਹੜੇ ਬਾਈ ਦੀ ਮੰਗ ਕੇ ਲੈ ਗਿਆ ਆ ਉਹ ਸੜੇ ਵੀ ਔਖਾ ਸੌਖਾ ਹੀ ਚਲਾਉਂਦਾ, ਕਹਿੰਦਾ ਉੱਥੇ ਟੋਏ ਪਾਉਂਦਾ ਸੀ, ਇੱਧਰ ਸੜਕ ਗਈ ਹੋਣੀ ਇਹਨੂੰ ਜਿੱਥੇ ਆਉਂਦੀ ਜਾਂਦੀ, ਆਹ ਵੇਖ ਲਓ ਬਈ ਬੱਜਰ ਦੀ ਆ ਗਈ ਆ ਆਟੇ ਪਾਉਂਦੀ ਜਾਂਦੀ, ਆਦੀ ਭੈਣ ਚੋ ਗੱਡੀ ਮਹਾ ਲੈ ਕੇ ਆਇਆ ਇੱਥੇ, ਤੁਸੀਂ ਹਿਸਾਬ ਲਾ ਲਓ ਵੀ ਇਹਦਾ ਕੀ ਹਾਲ ਹੋ, ਸ਼ਾਕਰ ਸ਼ੂਕਰ ਜੋ ਉੱਡੇ ਪਏ ਵਿਚਾਰੀ ਦੇ। ਉਹ ਬਾਈ ਕਹਿੰਦਾ ਸੀਗਾ ਵੀ ਬਈ ਇੱਥੇ ਤੁਸੀਂ ਕਹਿੰਦਾ ਨੇੜੇ ਤੇੜੇ ਲੈ ਜਾਓ ਫੋਟੋ ਫਾਟੋ ਖਿਚਾਉਣ ਨੂੰ, ਇਹ ਕਹਿ ਕੇ ਤਾਂ ਫੋਟੋ ਖਿਚਾਉਣ ਨੂੰ ਲਿਆਏ ਆ, ਪਰ ਲੈ ਉਹ 2-2 ਕਿਲੋਮੀਟਰ ਕਹਿ ਲਏ, ਜੇ ਕਿਤੇ ਇਹ ਪੰਚਰ ਪੁੰਚਰ ਹੋ ਗਈ ਤਾਂ ਮੈਨੂੰ ਲੱਗਦਾ ਨਹੀਂ ਗਾ ਵੀ ਘੱਟੋ ਘੱਟ 2000 ਖੋਲ ਕੇ ਜੜੀ ਬੈਠੀ ਵੀ ਬਾਰੀ ਤੂੰ ਲੈ ਜਾ ਸੋਣਾ ਨੇ, ਟਾਇਰ ਇੰਦੀ ਡਿੱਗੀ ਚ ਰੱਖ ਲੋ, ਮਰਨੀ ਹੋਏ ਨਾ ਬਾਈ ਦਾ, ਉਹਨੇ ਕਹਿੰਦਾ ਕੁੜੀ ਆ ਵਾ ਜੋ ਮਰਜ਼ੀ ਹੋਏ ਤੈਨੂੰ ਕਹਿੰਦੇ ਕਿਸੇ 'ਤੇ ਟਰੱਸਟ ਨਹੀਂ ਕਰਨਾ,
ਪੱਕਾ ਵੀ ਸਲੈਪ ਕੱਢਣ ਲੱਗ ਗਿਆ ਸੀ ਹਜੇ ਕੋਚ ਆਪਦੇ ਵਾਲੀ ਸੀਗੜੀ ਲਾਉਣ ਨੂੰ ਕਰਦਾ ਹੋਰ ਉਸ ਤੋਂ ਬਾਅਦ ਧੱਕੇ ਲਾਗਾ ਮੈਂ ਰੂੜ ਦਾ ਕੰਮ ਸਟਾਰਟ ਹੋ ਚੁੱਕਿਆ ਬਾਈਆਂ ਨੇ ਗੰਨਾ ਗੁੰਨਾ ਚੱਕ ਲਈਆਂ ਅਤੇ ਇੱਧਰ ਲਾਈਟਿੰਗ ਵਾਲੇ ਮੁੰਡੇ ਵੀ ਹੱਥ ਕਰਾਉਣ ਲੱਗੇ ਆ ਆ ਖੜੀ ਆਪਣੀ ਘੰਟੇ ਕਾਰ ਚੱਲ ਵੀ ਇਹਨਾਂ ਦਾ ਕੈਮਰਾ ਮੈਨ ਬਣਾ ਸਹੀ ਹੈ ਨਾ ਬਾਈ ਪਤਾ ਇਹਦੇ ਬਾਰੇ ਨੌਲੇਜ ਹੈਗੀ ਤੈਨੂੰ ਕੀ ਨੌਲੇਜ ਆਸਟ੍ਰੇਲੀਆ ਤੋਂ ਆ ਕੇ ਸਿੱਧਾ ਵੀ ਡਾਇਰੈਕਟ ਕਾਰ ਲੱਗ ਗਿਆ ਇੱਥੇ ਆ ਕੇ ਉੱਥੇ ਤਾਂ ਗੱਲ ਬਣੀ ਨਹੀਂ ਉੱਥੇ ਸਾਰੇ ਫਲੋਪ ਹੀ ਗਏ ਵਾ ਇੱਥੇ ਕੰਮ ਇਹਨੇ ਔਖੇ ਕੀਤਾ ਉੱਧਰ ਬਾਈ ਵੀ ਚੱਕੀ ਬੈਠਾ ਗਿਆ ਉਹਨੇ ਕਹਿੰਦਾ ਪਟਾਕੇ ਪਾਉਣੇ ਆ ਰੀਲ ਚਾਜ ਅੰਨਾ ਰਾਸ਼ਨ ਰੱਖੀ ਬੈਠਾ ਇਹ ਫਿਰ ਸਾਰਾ ਇੰਤਜ਼ਾਮ ਕਰਨਾ ਪੈਂਦਾ ਸਾਰਾ ਇੰਤਜ਼ਾਮ ਕਰਨਾ ਪੈਂਦਾ ਇਹਦੇ ਬਿਨਾਂ ਫਿਰ ਕੜਾਕਾ ਨਾਰਾਜ਼ ਹੋ ਜਾਂਦੇ ਅੰਦਰੋਂ ਅੰਦਰ ਉਹ ਐਕਟ ਗਲਤ ਕਰਦੇ ਗਲਤ ਕਰਦੇ ਇਹ ਵੀ ਗੱਲ ਹੈਗੀ ਹੈ ਕੋਚ ਮੇਰਾ ਪਤਾ ਮੇਰੇ ਉਹੀ ਗੋਲ ਠੋਕਣ ਨੇ ਪਤਾ ਸਾਲਾ ਮੇਰਾ ਲਓ ਬਾਈਆਂ ਨੂੰ ਟੋਬੇ ਉਤਾਰ ਲਿਆ ਕਿਸੇ ਨੇ ਖੁੰਡ ਨੀ ਅੱਗ ਲਾ ਦੀ ਪੂਰੀਆਂ ਤਿਆਰੀਆਂ ਮਰਨ ਕਰਾਉਣਾ ਕਹਿੰਦੇ ਅੱਜ ਲੋ ਬਈ ਇੰਜੋਏ ਕਰਦੇ ਫਾਇਦਾ ਲਾ ਕੇ ਵੀਰਾਂ ਹੈ ਪਰਵਾਹ ਕਿਸੇ ਗੱਲ ਦੀ ਸਾਡੇ ਵਾਲੇ ਵਿਚਾਰੇ ਭਾਸ ਮੇ ਪਏ ਆ ਹੋਰ ਬਰਾਲਾ ਓਏ ਹੋਰ ਗੱਲਾਂ ਦੀਆਂ ਗੱਲਾਂ ਬਾਈ ਨੇ ਤਾਂ ਮਾਰਸਲੀ ਦਾ ਬਹੁਤ ਧੂੰਆਂ ਉਠਾਇਆ ਉਹ ਵੀ ਕਹਿੰਦੇ ਨੇ ਕਿ ਨਹੀਂ ਉਹ ਵੀ ਕਹਿੰਦੀ ਹੋਣੀ ਕਿੱਧਰ ਫਾਸ ਗਈ ਕਹਿੰਦਾ ਕਿਹੜੇ ਪਹਾੜਾਂ 'ਚ ਲਿਆ ਮੈਨੂੰ ਗੱਡੀ ਕਹਿੰਦੀ ਹੋਣੀ ਆ ਉਹਨਾਂ ਦਾ ਸਰੀ 'ਚ ਵੀ ਟੋਏ ਵੇਖ ਕੇ ਚਲਾਈ ਇੱਥੇ ਟੋਆ ਹੌਲੀ ਚਲਾਈਏ ਸਾਰਿਆਂ ਨਾਲ ਬੈਸਟ ਸੀਗਾ ਚੱਲ ਕੋਈ ਗੱਲ ਨੀ ਹੁੰਦਾ ਗਾ ਨਜ਼ਾਰਾ ਦੂਜੇ ਪਹਿਰੇ ਤੋਂ ਪਿੱਛੇ ਕੋਚ ਕੁਛ ਨਹੀਂ ਕਰਨਾ ਬੜੀ ਗੱਲ ਚਲੋ ਬਈ ਮੇਰੇ ਲਈ ਧਿਆਨ ਨਾ ਦਿਓ ਯਾਰ ਤੁਸੀਂ ਆਪਦੀ ਐਕਟਿੰਗ ਵਾਲੀ ਧਿਆਨ ਦਿਓ ਰੈਡੀ ਹਾਂਜੀ ਵੀਰੇ ਕੈਮਰੇ ਵੱਲ ਮੂਵਮੈਂਟ ਥੋੜ੍ਹੀ ਮੋਟੀ ਕਰੇ ਬੋਡੀ ਹਿਲਾਈ ਤੁਸੀਂ ਕਰੇ ਗੰਨ ਮੋਢੇ 'ਤੇ ਰੱਖ ਲਈ ਰਾਣੇ ਤੂੰ ਵੀ ਕਰੇ ਗੰਨ ਮਾੜਾ ਮੋਟਾ ਇੱਕ ਬੰਦਾ ਹੋਰ ਰਾਣਾ ਕਿਉਂ ਹੋ ਜਾ ਚਾਹੀਦਾ ਨਾ ਖਾਲੀ ਬੰਦਾ ਤਾਂ ਬੁਰਾ ਹੀ ਬੁਰਾ ਲੱਗੂ ਯਾਰ ਸਹੀ ਆ ਫਿਰ ਇੰਨੇ ਖਾਲੀ ਬੰਦੇ ਕੋਲ ਤਾਂ ਸੋਟੀ ਵੀ ਫਿਰ ਉਹੀ ਗੱਲ ਪਿੰਡ ਵੀਰੇ ਫਿਰ ਛੱਡ ਆਇਓ
ਹੁਣ ਚੱਲੂ ਹਾਂ ਇੱਕ ਦੂਜੇ ਕੰਨੀ ਦੇਖੋ ਪਿਛਲੇ ਹਾਂ ਹਾਂ ਲੈ ਵੀ ਦੂਜੇ ਬੰਦੇ ਵੀ ਫਾਈਨਲੀ ਪਹੁੰਚ ਗਿਆ ਸਿਗੜੀ ਜੀ ਘਰ ਲੈ ਕੇ ਬਹੁਤ ਟਾਈਮ ਦੇ ਵੇਟ ਕਰੀ ਜਾਂਦੇ ਸੀਗੇ ਅਸੀਂ ਹੈਂ ਫਾਈਨਲੀ ਪਿੱਛੇ ਚੱਕ ਦਿਆਂਗੇ ਸਟਿੱਕਰ ਲਾਇਆ ਵਾ ਗੱਲ ਵਾਲਾ ਬਰਾੜ ਦੇ ਤਰਾਹ ਨਿਕਲੇ ਪਏ ਸੀ ਕਿਤੇ ਮੋਦੀ ਮਾਤੀ ਨਾ ਹੈਂ ਬਰਾੜ ਦੇ ਤਰਾਹ ਨਿਕਲੇ ਪਏ ਸੀ ਖਣੀ ਪਤਾ ਨੀ ਮੁੜਨਗੇ ਕਿ ਮੋਦੀ ਮਾਧੀ ਮਾਰੀ ਬੈਠੇ ਆ ਉਹਦਾ ਭੈਣ ਚੱਤ ਹੈ ਓਏ ਗੁੰਨੇ ਭੈਣ ਬਰਾੜ ਇੱਧਰ ਤਪੱਤਾ ਬਰਾੜ ਨੂੰ ਆਇਆ ਹੋਇਆ ਪਿਆ ਸੀ ਭੈਣ ਮੋਦੀ ਮਾਧੀ ਨਾਲ ਮਾਰਤੀ ਹੋਏ ਗੁੰਨਾ ਡਰਾਈਵਰਾਂ ਤਾਂ ਹੀ ਨੀ ਕੀਤੀ ਉਹਨੂੰ ਪਤਾ ਇੱਕ ਤਾਂ ਗੱਡੀ ਭੈਣ ਜੋ ਗੱਡੀ 47 ਵੇਲੇ ਦੀ ਲਿਆਉਂਦੀ ਆ ਉਹਦੇ ਉੱਤੇ ਗੁੰਨਾ ਡਰਾਈਵਰ ਯੰਗ ਮੈਨ ਹੈਂ ਗੁੰਨਾ ਸੋਹਣਾ ਮੁੰਡਾ ਆ ਗਿਆ ਲੋ ਵੀ ਗੁਲਾਬੀ ਪੱਗ ਵਾਲਾ ਮੁੰਡਾ ਗੁਲਾਬੀ ਪਿੰਕ ਦੋ ਰੰਗੀ ਮੁੰਡਾ ਦੋ ਪੱਗਾਂ ਬੰਨੀ ਬੈਠਾ ਚੱਕ ਵੀ ਗੋਰੇ ਵੀ ਆ ਗਏ ਮੈਂ ਵੀ ਇੱਥੋਂ ਸ਼ੋਟ ਤਾਂ ਨੱਬਾ ਕੋਚ 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 ਫਾਈਨਲੀ ਕੋਚ ਨੂੰ ਗੰਨਾ ਫੜਾ ਫੜਾ ਵੀਡੀਓ ਸ਼ੂਟ ਹੋ ਗਈ ਹੈ ਜੀ ਇੱਧਰ ਅੰਨਾ ਅਸਰਾਲ ਚੱਕੀ ਫਿਰਦਾ ਗੰਨਾ ਸਹੀ ਹੈ ਸਹੀ ਹੈ ਖਿੱਚ ਕੇ ਰੱਖ ਕੰਮ ਬਾਈ ਪੱਗਾਂ ਪੱਗਾਂ ਚੇਂਜ ਕਰੀ ਜਾਂਦੇ ਆ ਇੱਧਰ ਸਹਿਜ ਮੁੰਡਿਆਂ ਦਾ ਪੂਰਾ ਜ਼ੋਰ ਲੱਗਾ ਪਿਆ 25 ਵਾਰੀ ਲੀੜੇ ਬਦਲ ਲਏ ਇਹਨਾਂ ਨੇ ਗੁੰਨੇ ਦੇ ਤਾਂ ਕੁੜੀਆਂ ਨੂੰ ਪਸੰਦ ਹੀ ਨਹੀਂ ਆ ਰਿਹਾ ਹੁਣ ਓ ਰਜਾਈ ਦਾ ਗਿਫਟ ਫਾਈਨਲੀ ਪਾਈ ਲਿਆ ਸ਼ੂਟ 'ਤੇ ਕਹਿੰਦਾ ਸਿੱਧਾ ਕਹਿੰਦਾ ਸਕਰੀਨ 'ਤੇ ਵਿਖਾਉਣਾ ਕਹਿੰਦਾ ਭਾਬੀ ਨੂੰ ਨਹੀਂ ਠੀਕ ਆ ਬਾਈ 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 ਤੁਹਾਡਾ ਗਾਣਾ ਆ ਰਿਹਾ ਨਾ ਤੁਹਾਡਾ ਹੀ ਗਾਣਾ ਆ ਰਿਹਾ ਨਾ ਬਾਈ ਬੈਸਟ ਆਫ ਲੱਕ ਬਾਈ ਗੁੱਡ ਹੋਊਗਾ ਬਈ ਤੁਹਾਡਾ ਗਾਣਾ ਯਾਰ ਆਪਾਂ ਸ਼ੇਅਰ ਕਰਾਂਗੇ ਬਰਾੜ ਨੂੰ ਦੱਸ ਦੇ ਕਿੱਥੇ ਬਰਾੜ ਆ ਰਿਹਾ ਪੱਗ ਪੱਗ ਸਾਹਮਣੇ ਇਹਦਾ ਫਿਰ ਕੋਈ ਚੱਕਰ ਨਹੀਂ ਚੱਲਦਾ ਇੱਧਰ ਆਹ ਮੁੰਡੇ ਨੇ ਬਈ ਇਹ ਮੁੰਡਾ ਵੀ ਗੁੱਡ ਫੋਟੋਗ੍ਰਾਫਰ ਆ ਥੈਂਕਸ ਬ੍ਰੋ ਇੱਧਰ ਬਾਈ ਟੈਟੂ ਨੀ ਕਿਆ ਬਾਤ ਆ ਬਾਈ ਯਾਰ ਗੁੱਡ ਟੈਟੂ ਬਾਈ ਉਸਤਾਦ ਕੋਈ ਬਿਆਨਬਾਜ਼ੀ ਕੋਚ ਕੋਚ ਪੂਰੀ ਸਮਾਇਆ ਦਿੰਦਾ ਆ ਬਾਈਆਂ ਦਾ ਕੋਚ ਦੇ ਭਰਨ ਤੋਂ ਬਾਅਦ ਬਦੂਖਾ ਚ ਗਈ ਬਟਨ ਗੁੰਨੇ ਢਿੱਡ ਬਾਹਰ ਆ ਰਿਹਾ ਪਿੱਛੇ ਨੂੰ ਖਿੱਚੋ ਕੀ ਕਹਿ ਰਿਹਾ ਸੀ ਟਰਮਾ ਟੋਲਸ ਬਾਰੇ ਕੁਛ ਕਹਿ ਰਿਹਾ ਸੀ ਬਾਈ ਟਰਮਾ ਟੋਲ ਵਧੀਆ ਹੁੰਦੀ ਨਾ ਸਾਲ ਇਹ ਕਹਿੰਦਾ ਹੁਣ ਮੱਕੇ ਕਿਆ ਫੀਲਿੰਗ ਲੈ ਰਿਹਾ ਬੰਦਾ ਸਾਡਾ ਟਰਮਾ ਟੋਲ ਦੀ ਇਹ ਤਾਂ ਇੱਥੇ ਮਿਲੀ ਨੀ ਉਹਨੂੰ ਕਿਸੇ ਪਾਸੇ ਇੰਡੀਆ ਨੇ ਬਹੁਤ ਧੂੰਆਂ ਉਠਾਇਆ ਕਹਿੰਦਾ ਗੁਲਮੇ ਵੇਖਦਾ ਟਰਮਾ ਟੋਲ ਦੀ ਫੀਲਿੰਗ ਆਈ ਜਾਂਦੀ ਆ ਫੁੱਲ ਕਹਿੰਦਾ ਉਧਰੋਂ ਫੁੱਲ ਧੁੱਪ ਚੜੀ ਹੁੰਦੀ ਸੀਗੀ ਇੰਡੀਆ
ਕਹਿੰਦਾ ਖਾ ਕੇ ਟਲਮ ਰੋਲ ਗੇੜੀ ਕੱਢੀਆਂ ਦੇ ਵੱਟਾਂ ਦੇ ਬੰਜਾਂ ਨੂੰ ਚਾਹ ਫੜਾ ਜਾਂਦੀ ਕਹਿੰਦਾ ਤੀਜੀ ਨੀ ਫੇਰ ਜਾ ਬਈਏ ਚਾਹ ਪੀਓਗੇ ਕਹਿੰਦਾ ਜ਼ਰੂਰ ਚ ਪਤਾ ਹੀ ਲੱਗਦਾ ਜੀ ਯਾਰ ਬਾਈ ਆਹ ਬੰਦੇ ਨਾਲ ਆਪਾਂ ਸਪੈਸ਼ਲ ਵਲੌਗ ਸ਼ੂਟ ਕਰਨਾ ਯਾਰ ਇਹ ਬੰਦੇ ਨਾਲ ਸਪੈਸ਼ਲ ਵਲੌਗ ਸ਼ੂਟ ਕਰਨਾ ਜਿਹੜੇ ਕਮੈਂਟ ਆ ਨਾ ਉਹ ਸਿੰਸੀਅਰ ਨੇ ਡਾਇਰੈਕਟਰ ਸਾਹਿਬ ਪੂਰੇ ਉਲਝੇ ਹੋਏ ਪੂਰਾ ਜ਼ੋਰ ਲੱਗਿਆ ਪਿਆ ਸੰਘਣਾ ਦਾ ਦੂੰ ਦੂੰ ਲੋ ਵੀ ਮਿੱਤਰੋ ਸ਼ੂਟ ਹੋ ਗਿਆ ਡਨ ਗੁੰਨੇ ਹੋ ਰਹੀ ਆ ਪੂਰੇ ਖੁਸ਼ ਇੱਧਰ ਲਾਈਟ ਮੈਨ ਨੇ ਪਹਿਲਾਂ ਕੰਮ ਖਰਾਬ ਕਰਤਾ ਸੀ ਸਾਰਾ ਜ਼ੋਰ ਯਾਰ ਮੈਂ ਤਾਂ ਬਾਈ ਪਤਾ ਕਿਹੜੇ ਨੂੰ ਦਊਂਗਾ ਆਹ ਬਾਈ ਨੂੰ ਕ੍ਰੈਡਿਟ ਦੇਣਾ ਚਾਹੁੰਦਾ ਵੀਡੀਓ ਦਾ ਲਵ ਜੀ ਬ੍ਰੋ ਉਹ ਬੰਦ ਹੀ ਨੀ ਹੋਣਾ ਗੁੰਨੇ ਨੈਵਰ ਨੈਵਰ ਉਹ ਕੜੀ ਦੂਲਾ।